गायक रणजीत बावा का गीत किन्ने आए किन्ने गए पार्ट टू जिहड़ा इस वेले बड़ी चर्चा दे विच आ। गीत सोहना बहुत आ, कन्नां नूं बहुत वधिया लगदा, विच सच्चाई जिहड़ी उह बयान कीती गई आ, वीडियो जिहड़ी आ बहुत वधिया बनाई गई आ। पर एक जिहड़ी वड्डी घाट दे विच रड़कदी सी कि एक गलत बंदे नूं इस दे विच ग्लोरीफाई कीता गया आ, शेर सिंह राणा जिसने कि डाकू देवी फूलन देवी का कतल किया सीगा, उस नूं इस गीत दे विच वड्याया गया नाल बिल्ला रंगा दे जिहड़े कि एक बच्चों के कातल सके उन्होंने नाल जोड़ के उहदा तल जिहड़ा उहदी तुलना की गई है नाल, तो उसनूं वधिया दिखाया गया। सो जिहड़ा शेर सिंह राणा जिहड़ा कि खौती उच्च जाति नाल संबंधित सी, उहने जिहड़ी फूलन देवी जिहनूं कि खौती नीवीं जात दा कहा जांदा, उच्ची जाति दे लोकां वल्लों उहदे नाल बलात्कार किया गया, जिस तों गुस्से विच आ के उसने डकैत बनण दा फैसला लिया। उस तों बाद दे विच ਉਹ ਸਿਆਸਤ ਵਿੱਚ ਵੀ ਆਈ, ਸਿਆਸਤ 'ਤੇ ਆਉਣ ਤੋਂ ਬਾਅਦ ਦੇ ਵਿੱਚ ਉਹਨੂੰ ਕਤਲ ਕੀਤਾ ਗਿਆ, ਸ਼ੇਰ ਸਿੰਘ ਰਾਣਾ ਦੇ ਉੱਤੇ ਇਸ ਗੱਲ ਦੇ ਦੋਸ਼ ਲੱਗੇ, ਇਸ ਮਾਮਲੇ ਵਿੱਚ ਉਹਨੂੰ ਜੇਲ੍ਹ ਹੋਈ। ਸੋ ਅਜਿਹਾ ਵਿਅਕਤੀ ਜਿਹਨੇ ਕਿ ਇੱਕ ਪੀੜਤਾ ਨੂੰ ਕਤਲ ਕੀਤਾ ਹੋਵੇ, ਕਿਉਂਕਿ ਸਾਰੇ ਇਸ ਘਟਨਾਕ੍ਰਮ ਦੇ ਵਿੱਚ ਜਿਹੜੀ ਫੂਲਨ ਦੇਵੀ ਆ ਉਹ ਇੱਕ ਪੀੜਤ ਵਜੋਂ ਉੱਭਰ ਕੇ ਆਉਂਦੀ ਆ, ਅਤੇ ਜਦੋਂ ਕਿ ਉਸ ਨੂੰ ਮਾਰਨ ਵਾਲਾ ਜਿਹੜਾ ਆ ਫਿਰ ਉਹਨੂੰ ਗਲੋਰੀਫਾਈ ਕੀਤਾ ਗਿਆ, ਇਸ ਗੱਲ ਦੇ ਉੱਤੇ ਬਹੁਤ ਲੋਕਾਂ ਨੂੰ ਇਤਰਾਜ਼ ਸੀਗਾ ਕਿ ਸਾਰਾ ਗਾਣਾ ਬਹੁਤ ਵਧੀਆ ਆ, ਬਹੁਤ ਦਿਲ ਨੂੰ ਲੱਗਦਾ ਆ, ਪਰ ਇਹ ਜਿਹੜੀ ਗੱਲ ਆ ਸ਼ੇਰ ਸਿੰਘ ਰਾਣਾ ਵਾਲੀ ਇਹ ਦਿਲ ਨੂੰ ਨਹੀਂ ਲੱਗਦੀ, ਜਿਸ 'ਤੇ ਲੋਕਾਂ ਦਾ ਪ੍ਰਭਾਵ ਕਬੂਲਦਿਆਂ ਹੁਣ ਗਾਇਕ ਰਣਜੀਤ ਬਾਵਾ ਨੇ ਇਹ ਤੁਕਾਂ ਜਿਹੜੀਆਂ ਵਿੱਚੋਂ ਗਾਣੇ ਤੋਂ ਕੱਢ ਦਿੱਤੀਆਂ ਆ, ਵੀਡੀਓ ਵੀ ਜਿਹੜੀ ਐਡਿਟ ਕਰਨ ਦਾ ਭਰੋਸਾ ਦਿੱਤਾ ਆ। ਸੋ ਇਹ ਵਿਵਾਦ ਇੱਥੇ ਖਤਮ ਹੋਣ ਦੀ ਜਿਹੜੀ ਆਸ ਬਣ ਗਈ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।